ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਨਾਮ ਸਿੰਘ ਧੁੰਮਾ ਜਿਹੜੇ ਦਮਦਮੀ ਟਕਸਾਲ ਦੇ ਹੈਗੇ, ਉਹਨਾਂ ਨੇ ਜਾ ਕੇ ਬੀਜੇਪੀ ਦੇ ਪੱਖ 'ਚ ਸਮਰਥਨ ਦਿੱਤਾ ਹੈਗਾ। ਇਹਦਾ ਕੀ ਮਤਲਬ ਹੁੰਦਾ? ਬੀਜੇਪੀ ਕਹਿੰਦੀ ਕਹਾਉਂਦੀ ਇੱਕ ਹਿੰਦੁੱਤਵਾ ਪਾਰਟੀ ਹੈਗੀ ਹੈ। ਇਹਨਾਂ ਦੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਬਣਨਾ ਚਾਹੀਦਾ ਅਤੇ ਹਿੰਦੁੱਤਵਾ ਅਧੀਨ ਇਹ ਮੁਲਕ ਚੱਲਣਾ ਚਾਹੀਦਾ ਹੈਗਾ। ਇਹ ਸੋਚ ਸਾਡੇ ਗੁਰੂ ਸਾਹਿਬਾਨਾਂ ਦੀ ਨਹੀਂ ਸੀਗੀ। ਸਪਸ਼ਟ ਰੂਪ 'ਚ ਅੰਗ 1136 'ਚ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਹੈ, ਨਾ ਹਮ ਹਿੰਦੂ ਨਾ ਮੁਸਲਮਾਨ। ਇਹੀ ਸੋਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਾਲੀ ਮਹਿ 'ਚੋਂ ਨਿਕਲ ਕੇ ਦਿੱਤੀ ਸੀਗੀ। ਅਤੇ ਫਿਰ ਇਹ ਸੋਚ ਸਾਡੇ ਨਾਲ ਕਿਵੇਂ ਲੱਗ ਸਕਦੀ ਹੈਗੀ ਹੈ? ਜਦ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਆਗਿਆ ਦਿੰਦੇ ਹੈਗੇ, ਫਿਰ ਇਹ ਧਾਰਮਿਕ ਆਗੂ ਹੋਣ ਦੇ ਨਾਤੇ ਕਿਵੇਂ ਸਿੱਖਾਂ ਨੂੰ ਹਿੰਦੁੱਤਵਾ ਨਾਲ ਜੋੜ ਸਕਦੇ ਹੈ, ਕਿਵੇਂ ਅਸੀਂ ਉਹਨਾਂ ਨਾਲ ਤੁਰ ਸਕਦੇ ਹੈਗੇ ਹਾਂ? ਮੈਂ ਤਾਂ ਸਗੋਂ ਇਹ ਵੀ ਕਹੂੰਗਾ ਕਿ ਸਵਈਆਂ ਦੇ ਵਿੱਚ ਜਿੱਥੇ ਸਾਨੂੰ ਕਹਿੰਦੇ ਹੈ ਗੁਰੂ ਸਾਹਿਬ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਕਿ ਅਸੀਂ ਆਪਣਾ ਜਿਹੜੀ ਸੋਚ ਹੈ ਏਕ ਓਂਕਾਰ ਦੀ, ਮਨੁੱਖਤਾ ਦੇ ਏਕਤਾ ਦੀ, ਮਾਨਸਿਕ ਜਾਤ ਸਭੀ ਹੈ ਏਕ ਪਹਿਚਾਨਿਓ, ਅਤੇ ਇੱਕ ਰੱਬ ਨੂੰ ਮੰਨ ਕੇ ਕੋਈ ਵੰਡ ਨਾ ਪਾ ਕੇ, ਕਿਰਤ ਕਮਾਈ ਕਰਕੇ ਵੰਡ ਛੱਕ ਕੇ, ਕੀ ਕਹਿੰਦੇ ਹੈ, ਸਰਬੱਤ ਦੇ ਭਲੇ ਦੀ ਸੋਚ ਰੱਖ ਕੇ, ਇਹ ਸਾਰੀਆਂ ਗੱਲਾਂ ਸਾਡੇ 'ਤੇ ਲਾਗੂ ਹੁੰਦੀਆਂ, ਫਿਰ ਅਸੀਂ ਇਹ ਜਾਤ ਪਾਤ ਅਧੀਨ ਧਰਮ ਨਾਲ ਕਿਵੇਂ ਤੁਰ ਸਕਦੇ ਹੈਗੇ ਹਾਂ? ਜਿੱਥੇ ਕਈ ਵਾਰੀ ਸਾਨੂੰ ਦੱਸਿਆ ਜਾਂਦਾ ਹੈ ਕਿ ਰਿਗਵੇਦ 'ਚ ਜਾਤ ਪਾਤ ਨਹੀਂ ਸੀ, ਪਰ ਉਹਦੇ ਵਿੱਚ ਵੀ ਜਦ ਪੁਰਸ਼ ਦੇ ਬਾਰੇ ਗੱਲ ਕਰਦੇ ਹਾਂ ਜਿਹੜਾ ਰੱਬ ਹੈ ਉਹਦੇ ਤੋਂ ਕਹਿੰਦੇ ਹੈ ਕਿ ਬਾਹਮਣ ਸਿਰ ਤੋਂ, ਛਤਰੀ ਬਾਹਾਂ ਤੋਂ, ਵੈਸ਼ ਪੱਟਾਂ ਤੋਂ ਅਤੇ ਸ਼ੂਦਰ ਥੱਲੇ ਆਪਣੇ ਪੈਰਾਂ ਤੋਂ ਰੱਬ ਦੇ ਰੂਪ ਦੇ ਵਿੱਚ ਬਣੇ ਹੈਗੇ ਹੈ। ਅਤੇ ਅੱਗੇ ਜਾ ਕੇ ਮਨੂਵਾਦੀ ਸੋਚ ਨੇ ਬਹੁਤ ਵੱਡੀਆਂ ਪਾਬੰਦੀਆਂ ਜਿਹੜੀਆਂ ਸ਼ੂਦਰ ਹੈਗੇ ਹੈ ਜਾਂ ਮਲੇਸ਼ ਹੈ ਜਿਨ੍ਹਾਂ ਦਾ ਕੋਈ ਵਰਗ ਹੀ ਨਹੀਂ ਹੈਗਾ, ਉਹਨਾਂ ਦੇ ਉੱਤੇ ਲਾਤੀਆਂ ਅਤੇ ਬਹੁਤ ਮਨੁੱਖੀ ਘਾਂਡ ਕੀਤਾ। ਇਸ ਸੋਚ ਨਾਲ ਗੁਰੂ ਨਾਨਕ ਸਾਹਿਬ ਨੇ ਛੁਟਕਾਰਾ ਪਾਤਾ। ਸਾਡੀ ਸੋਚ ਸਾਡੇ ਭਗਤਾਂ ਦੀ ਹੈਗੀ ਹੈ, ਸ਼ੇਖ ਬਾਬਾ ਫਰੀਦ ਦੀ ਹੈ, ਭਗਤ ਮਹਾਰਾਜ ਰਵਿਦਾਸ ਦੀ ਹੈਗੀ ਹੈ, ਕਬੀਰ ਜੀ ਦੀ ਹੈਗੀ ਹੈ, ਗੁਰੂ ਨਾਨਕ ਸਾਹਿਬ ਦੀ ਹੈਗੀ ਹੈ। ਸਾਡੀ ਸੋਚ ਛੇਵੇਂ ਪਾਤਸ਼ਾਹ ਦੀ ਹੈਗੀ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਹੈਗੀ ਹੈ, ਜਿਨ੍ਹਾਂ ਨੇ ਆਪਣਾ ਰੂਪ ਖਾਲਸਾ ਹੈ ਖਾਸ ਕਹਿ ਕੇ ਖਾਲਸੇ ਦੀ ਵਡਿਆਈ ਕੀਤੀ। ਔਰ ਅੱਜ ਹਿੰਦੁੱਤਵਾ ਖਾਲਸੇ ਨੂੰ ਇੰਨਾ ਮਾੜਾ ਸ਼ਬਦਾਵਲੀ ਨਾਲ ਕਰਦੀ ਹੈ, ਖਾਲਸੇ ਨੂੰ ਆਪਣੇ ਸਥਾਨ ਦੀ ਥਾਂ ਉਹ ਗੋਲੀਆਂ ਮਾਰ ਮਾਰ ਕੇ, ਸਾਨੂੰ ਵੱਢ ਵੱਢ ਕੇ, ਕੋਹ ਕੋਹ ਕੇ ਸਾਡੇ ਕਤਲ ਕੀਤੇ ਹੈ, ਜਿਹਦੇ ਵਿੱਚ ਦਮਦਮੀ ਟਕਸਾਲ ਦੇ ਬਹੁਤ ਸਾਰੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਹੈਗੀਆਂ। ਸੋ ਮੈਂ ਸਮਝਦਾ ਕਿ ਜਿਹੜਾ ਕੰਮ ਹਰਨਾਮ ਸਿੰਘ ਧੁੰਮਾ ਨੇ ਕੀਤਾ ਹੈਗਾ, ਇਹ ਸਿੱਖੀ ਦੇ ਬਰਖਿਲਾਫ ਹੈ ਔਰ ਗੁਰੂ ਸਾਹਿਬ ਦੇ ਕਹਿਣੇ ਦੇ ਬਰਖਿਲਾਫ ਹੈ। ਅਸੀਂ ਹਿੰਦੂ ਧਰਮ ਦੇ ਹਿੱਸੇ ਨਹੀਂ ਹਾਂ। ਅਸੀਂ ਚਾਹੇ ਆਰਟੀਕਲ 25 ਕਹਿੰਦਾ ਹੈ ਕਿ ਸਿੱਖਸ ਆਰ ਡੀਮ ਟੂ ਬੀ ਹਿੰਦੂਜ਼, ਅਸੀਂ ਉਹਦੇ ਨਾਲ ਨਹੀਂ ਸਹਿਮਤ। ਅਸੀਂ ਸਹਿਮਤ ਹਾਂ ਗੁਰੂ ਗ੍ਰੰਥ ਸਾਹਿਬ ਨਾਲ, ਆਪਣੇ ਗੁਰੂਆਂ ਦੀ ਸੋਚ ਨਾਲ, ਗੁਰਸਿੱਖੀ ਨਾਲ। ਸੋ ਇਹ ਬਿਲਕੁਲ ਭੱਦੀ ਸੋਚ ਹੈ। ਮੈਂ ਤਾਂ ਸਗੋਂ ਇਹ ਕਹੂੰਗਾ ਕਿ ਮੁੜ ਕੇ ਟਕਸਾਲੀ ਆਗੂਆਂ ਨੂੰ ਇਕੱਠੇ ਹੋ ਕੇ ਸੋਚਣਾ ਚਾਹੀਦਾ ਹੈ ਕਿ ਇਹਨਾਂ ਨੂੰ, ਹਰਨਾਮ ਸਿੰਘ ਧੁੰਮੇ ਨੂੰ ਆਪਾਂ ਕਿਉਂ ਬਣਾਇਆ ਹੋਇਆ ਹੈਗਾ ਮੁਖੀ, ਇਹਨਾਂ ਨੂੰ ਸਗੋਂ ਲਾਉਣਾ ਚਾਹੀਦਾ, ਇਹਨਾਂ ਨੂੰ ਟਕਸਾਲ ਤੋਂ ਹਟਾਉਣਾ ਚਾਹੀਦਾ, ਕਿਉਂਕਿ ਇਹ ਤੋੜ ਮਰੋੜ ਕੇ ਸਿੱਖੀ ਪੇਸ਼ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।